ਚਾਹੇ ਉਹ ਪੰਜਾਬ ਦਾ ਹਰਿਆਣੇ ਦਾ ਜਿੰਨੇ ਕਿ ਮੇਰੇ ਹਮ ਉਮਰ ਮਿੱਤਰ ਆ ਮੈਂ ਉਹਨਾਂ ਨੂੰ ਕੋਈ ਭੇਡਾਂ ਥੋੜ੍ਹੀ ਮੰਨਦਾ ਹਾਂ ਉਹ ਭੇਡਾਂ ਨਹੀਂ ਹੈਗੀਆਂ ਅਤੇ ਰਹੀ ਗੱਲ ਚੱਕਵੇਂ ਵਧੀਆ ਗਾਣਿਆਂ ਦੀ ਤਾਂ ਵਧੀਆ ਗਾਣੇ 'ਤੇ ਦੇਖੋ ਕੰਪਨੀ ਇੰਨਾ ਪੈਸਾ ਤਾਂ ਲਾਉਂਦੀਆਂ ਨਹੀਂ ਅਤੇ ਮੈਨੂੰ ਕਹਿਣਾ ਨਹੀਂ ਚਾਹੀਦਾ ਹੁਣ ਔਨ ਸਕਰੀਨ ਕਿਉਂਕਿ ਬਟ ਸਾਨੂੰ ਉਹਦੇ ਤੋਂ ਮੈਨੂੰ ਲੱਗਦਾ ਮੁੜਿਆ ਨਹੀਂ ਮਤਲਬ 50,000 ਕੰਪਨੀ ਨੂੰ ਵੀ ਨਹੀਂ ਮੁੜਿਆ ਹੋਣਾ ਅਤੇ ਉਹ ਕੰਪਨੀ ਕਿੱਦਾਂ ਜ਼ੇਰਾ ਕਰੂਗੀ ਜਾਂ ਮੈਂ ਕਿੱਦਾਂ ਜਿਗਰਾ ਕਰੂੰਗਾ ਵੀ ਭਾਜੀ ਮੁੜ ਕੇ ਹਾਂ ਮੇਰੇ 'ਤੇ ਇੱਦਾਂ ਦੇ ਗਾਣੇ ਸਾਡੇ ਚੰਗਾ ਗੀਤ ਗਾਇਆ ਸਾਰੇ ਗੁਰੂ ਘਰ ਜਾਂਦੇ ਆ ਤਾਂ ਸਾਨੂੰ ਕੀ ਤਰ੍ਹਾਂ ਜਾਂਦਾ ਜੀ ਇਸ ਚੀਜ਼ 'ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮੇਜ਼ਿੰਗ ਟੀ ਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਪ੍ਰੀਤ ਔਰ ਜਿਵੇਂ ਕਿ ਤੁਹਾਨੂੰ ਪਤਾ ਅਸੀਂ ਹਰ ਵਾਰ ਇੱਕ ਨਵੇਂ ਆਰਟਿਸਟ ਨੂੰ ਤੁਹਾਡੇ ਸਾਹਮਣੇ ਰੂਬਰੂ ਕਰਵਾਉਂਦੇ ਹਾਂ ਉਹ ਆਰਟਿਸਟ ਜਿਹਨੇ ਪੰਜਾਬੀ ਇੰਡਸਟਰੀ 'ਚ ਬਹੁਤ ਨਾਮ ਕਮਾਇਆ ਉਹ ਆਰਟਿਸਟ ਜਿਹਨੇ ਪੰਜਾਬੀ ਲੋਕਾਂ ਦੇ ਦਿਲਾਂ ਉੱਤੇ ਰਾਜ ਕੀਤਾ ਔਰ ਅੱਜ ਸਾਡੇ ਨਾਲ ਸਾਡੇ ਕੋਲ ਬਿਲਕੁਲ ਮੌਜੂਦ ਨੇ ਜਿਨ੍ਹਾਂ ਦਾ ਨਾਮ ਜਿਨ੍ਹਾਂ ਦੀ ਪਹਿਚਾਣ ਤੁਸੀਂ ਆਲਰੇਡੀ ਜਾਣਦੇ ਹੀ ਹੋ ਜਿਨ੍ਹਾਂ ਦਾ ਇੱਕ ਗੀਤ ਚਾਚਾ ਚਾਚਾ ਬਹੁਤ ਜ਼ਿਆਦਾ ਹਿੱਟ ਹੋਇਆ ਔਰ ਮੈਨੂੰ ਲੱਗਦਾ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਜਾਂ ਪੰਜਾਬੀਅਤ ਦੇ ਵਿੱਚ ਕੋਈ ਐਸਾ ਬੰਦਾ ਜਾਂ ਕੋਈ ਐਸਾ ਕੋਈ ਵੀ ਨਹੀਂ ਹੋਣਾ ਜਿਹਨੇ ਉਹ ਗੀਤ ਸੁਣਿਆ ਨਾ ਹੋਵੇ ਮੇਰੀ ਮੁਰਾਦ ਮੇਰੇ ਨਾਲ ਨੇ ਇਸ ਟਾਈਮ ਨੱਡਾ ਵਿਰਿੰਦਰ ਜੀ ਆਓ ਗੱਲਾਂ ਪਤਾ ਕਰਦੇ ਹਾਂ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਭਾਅ ਜੀ ਠੀਕ ਠਾਕ ਸਭ ਠੀਕ ਠਾਕ ਜੀ ਆਪਣੇ ਸੁਣਾਓ ਬਹੁਤ ਵਧੀਆ ਅੱਛਾ ਸਾਡੇ ਦਰਸ਼ਕਾਂ ਨੂੰ ਤੁਸੀਂ ਇਹ ਦੱਸੋ ਕਿ ਜਿਵੇਂ ਤੁਸੀਂ ਪਹਿਲਾਂ ਗੀਤ ਕੀਤੇ ਨੇ ਹੈ ਨਾ ਔਰ ਗੀਤਾਂ ਤੋਂ ਬਾਅਦ ਹੁਣ ਤੁਸੀਂ ਫਿਲਮ 'ਚ ਆ ਰਹੇ ਹੋ ਉਹ ਗੀਤ ਜਿਹੜਾ ਚਾਚਾ ਚਾਚਾ ਤੁਹਾਡਾ ਬਹੁਤ ਜ਼ਿਆਦਾ ਹਿੱਟ ਹੋਇਆ ਮੈਨੂੰ ਲੱਗਦਾ ਕਿ ਪੂਰੀ ਇੰਡਸਟਰੀ ਦੇ ਵਿੱਚ ਸ਼ਾਇਦ ਕੋਈ ਕਲਾਕਾਰ ਜਾਂ ਕੋਈ ਆਡੀਅੰਸ ਨਹੀਂ ਹੋਣੀ ਜਿਹਨੇ ਤੁਹਾਡਾ ਚਾਚਾ ਚਾਚਾ ਗੀਤ ਨਹੀਂ ਸੁਣਿਆ ਚਾਚਾ ਚਾਚਾ ਗੀਤ ਬਾਰੇ ਮੈਂ ਇੰਨੀ ਕੁ ਗੱਲ ਕਹੂੰਗਾ ਕਿ ਗੀਤ ਉਸ ਟਾਈਮ 'ਤੇ ਹੋਰ ਕਾਫੀ ਜ਼ਿਆਦਾ ਰਿਕਾਰਡ ਹੋਏ ਹੋਏ ਸੀ ਬਟ ਜਿੱਦਾਂ ਕਿ ਟ੍ਰੈਂਡ ਚੱਲ ਰਿਹਾ ਸੀ ਜਦੋਂ ਕਿ ਸਾਨੂੰ ਹਾਂ ਜਦੋਂ ਆਪਾਂ ਮੇਰੇ ਨਾਲ ਦਿਆਂ ਨੂੰ ਪੁੱਛਦੇ ਹਾਂ ਵੀ ਹੈ ਤੁਹਾਨੂੰ ਪੁੱਛਦੇ ਹਾਂ ਕਿ ਭਾਈ ਕਿੱਦਾਂ ਦਾ ਗੀਤ ਕਰੀਏ ਜਦੋਂ ਅਸੀਂ ਫੇਸਬੁੱਕ 'ਤੇ ਲਾਈਵ ਹੋ ਗਏ ਉਦੋਂ ਉਹਨਾਂ ਟਾਈਮਾਂ 'ਚ ਕਾਫੀ ਜ਼ਿਆਦਾ ਟ੍ਰੈਂਡ ਹੁੰਦਾ ਸੀ ਵੀ ਸਾਨੂੰ ਨਾਲੇ ਇਹ ਹੁੰਦਾ ਕਿ ਪੁੱਛ ਕੇ ਗੀਤ ਕਰੀਏ ਸੋ ਸਭ ਦਾ ਇਹੀ ਰੁਝਾਨ ਸੀ ਕਿ ਭਾਈ ਕੋਈ ਚੱਕਵਾਂ ਗੀਤ ਚੱਕਵਾਂ ਗੀਤ ਸੋ ਇਹਨਾਂ ਚੱਕਰਾਂ ਦੇ ਵਿੱਚ ਉਹ ਚਾਚਾ ਚਾਚਾ ਗੀਤ ਜਿਹੜਾ ਆ ਬਣ ਗਿਆ ਆ ਅਤੇ ਉਹ ਤੁਹਾਡੀ ਕਚਹਿਰੀ ਜਦੋਂ ਆਪਾਂ ਰੱਖਿਆ ਅਤੇ ਤੁਸੀਂ ਉਹਨੂੰ ਇੰਨਾ ਕੁ ਪਿਆਰ ਦਿੱਤਾ ਕਿ ਉਹਦਾ ਅੱਜ ਤੱਕ ਮੈਂ ਤੁਹਾਡਾ ਕਰਜਾਈ ਹਾਂ ਅਤੇ ਕਰਜਾਈ ਰਹਿਣਾ ਅੱਛਾ ਚਾਚਾ ਚਾਚਾ ਗੀਤ ਵਰਗਾ ਤੁਸੀਂ ਗੀਤ ਦੁਬਾਰਾ ਨਹੀਂ ਕੀਤਾ ਉਹਦਾ ਦੱਸੋ ਕਿ ਉਹ ਦੁਬਾਰਾ ਤੁਸੀਂ ਉੱਦਾਂ ਦਾ ਗੀਤ ਕਿਉਂ ਨਹੀਂ ਕੀਤਾ ਭਾਜੀ ਇਹ ਤਾਂ ਤੁਸੀਂ ਨਾ ਥੋੜ੍ਹਾ ਜਲੇ ਅਤੇ ਨਮਕ ਛਿੜਨ ਵਾਲੀ ਗੱਲ ਕਰਦੇ ਸੋ ਇਹਦੇ ਬਾਰੇ ਤੁਹਾਨੂੰ ਜ਼ਰੂਰ ਦੱਸੂਗਾ ਮੈਂ ਆਉਣ ਵਾਲੇ ਟਾਈਮ 'ਚ ਦੇਖੋ ਸਮਾਂ ਅਪਸ ਐਂਡ ਡਾਊਨਸ ਆਉਂਦੇ ਰਹਿੰਦੇ ਆ ਸੋ ਉਦੋਂ ਮੁੜ ਕੇ ਇੱਕ ਐਸਾ ਟਾਈਮ ਵੀ ਆਇਆ ਕਿ ਜਿਸ ਟਾਈਮ 'ਚ ਮੈਂ ਇੱਕ ਡੇਢ ਸਾਲ ਕੋਈ ਸ਼ੋਜ਼ ਹੀ ਨਹੀਂ ਕੀਤੇ ਮਾਰਕੀਟ ਦੇ ਵਿੱਚ ਇੰਡਸਟਰੀ ਦੇ ਵਿੱਚ ਸ਼ੋਜ਼ ਲਈ ਕੋਲਸ ਆਉਂਦੀਆਂ ਸੀ ਸਭ ਕੁਝ ਮੈਂ ਬੰਦ ਕਰ ਰੱਖਿਆ ਸੀਗਾ ਕਿ ਅਸੀਂ ਸ਼ੋਜ਼ ਲਈ ਨਹੀਂ ਗਏ ਅਸੀਂ ਮੁੜ ਕੇ ਉੱਦਾਂ ਦਾ ਚੱਕਵਾਂ ਗੀਤ ਵੀ ਨਹੀਂ ਕੀਤਾ ਸੋ ਇਹਦੇ ਬਾਰੇ ਕੀ ਸੀ ਉਹ ਟਾਈਮ ਮੇਰੀ ਜ਼ਿੰਦਗੀ ਦੇ ਵਿੱਚ ਇਹ ਤੁਹਾਨੂੰ ਅੱਗੇ ਆਉਣ ਵਾਲੇ ਟਾਈਮ 'ਚ ਮੈਂ ਤੁਹਾਨੂੰ ਜ਼ਰੂਰ ਰਿਵੀਲ ਕਰੂੰਗਾ ਅਤੇ ਮੈਂ ਚਾਹੁੰਦਾ ਵੀ ਹਾਂ ਕਿ ਮੇਰੇ ਫੈਨਸ ਜਿਹੜੇ ਮੇਰੇ ਤੋਂ ਗੁੱਸੇ ਰਹਿੰਦੇ ਆ ਮੇਰੇ ਭਰਾ ਆ ਉਹ ਜਿਹਨਾਂ ਤੋਂ ਬੜੀ ਐਕਸਪੈਕਟੇਸ਼ਨਸ ਰੱਖੀਆਂ ਜਿਹਨਾਂ ਨੇ ਮੇਰੇ ਤੋਂ ਕਿ ਭਾਜੀ ਗੀਤ ਕਿਉਂ ਨਹੀਂ ਆ ਰਿਹਾ ਅੱਜ ਵੀ ਪੁੱਛਦੇ ਆ ਡੇਲੀ ਜਦ ਆਪਾਂ ਮੋਰਨਿੰਗ ਨੂੰ ਆਪਾਂ ਮੈਸੇਜ ਚੈੱਕ ਕਰਦੇ ਹਾਂ ਤਾਂ ਅੱਜ ਵੀ ਉਹਨਾਂ ਵਿੱਚ ਪੰਜ ਚਾਰ ਮੈਸੇਜ ਇੱਦਾਂ ਦੇ ਜ਼ਰੂਰ ਹੁੰਦੇ ਆ ਕਿ ਭਾਜੀ ਚਾਚਾ ਚਾਚਾ ਵਰਗਾ ਗੀਤ ਕਿਉਂ ਨਹੀਂ ਸੋ ਮੈਂ ਸਾਰੇ ਵੀਰਿਆਂ ਨੂੰ ਇਹੀ ਕਹੂੰਗਾ ਜਿਹੜੇ ਮੇਰੇ ਭਰਾ ਮੇਰੇ ਨੂੰ ਸਪੋਰਟ ਕਰਦੇ ਆ ਕਿ ਇਹ ਸਸਪੈਂਸ ਆਪਾਂ ਜਲਦੀ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਉੱਦਾਂ ਦਾ ਗੀਤ ਕਿਉਂ ਨਹੀਂ ਆਇਆ ਹਾਂ ਇੱਕ ਵਾਅਦਾ ਮੈਂ ਹੋਰ ਕਰਦਾ ਹਾਂ ਜ਼ਰੂਰ ਕਿ ਆਉਣ ਵਾਲੇ ਟਾਈਮ 'ਚ ਵਿਦ ਇਨ ਟਾਈਮਸ ਵਿਦ ਇਨ ਮੰਥਸ ਉੱਦਾਂ ਦੀ ਗਾਣਿਆਂ ਦੀ ਪੂਰੀ ਐਲਬਮ ਤੁਹਾਡੇ ਮੂਹਰੇ ਰੱਖ ਦਿਆਂਗੇ ਜਿੰਨਾ ਕੁ ਪਿਆਰ ਦੇਣਾ ਹੋਇਆ ਜੀ ਭਰ ਕੇ ਦੇਣਾ ਅੱਛਾ ਜਿੱਦਾਂ ਹੁਣ ਤੁਸੀਂ ਗੀਤ ਕੀਤੇ ਹੈ ਨਾ ਉਸ ਤੋਂ ਬਾਅਦ ਹੁਣ ਇੱਕ ਨਵਾਂ ਤੁਹਾਡੀ ਲਾਈਫ 'ਚ ਇੱਕ ਮੋੜ ਹੈ ਕਿ ਤੁਸੀਂ ਮੂਵੀ ਕਰ ਰਹੇ ਹੋ ਹੈ ਨਾ ਔਰ ਮੂਵੀ ਵੀ ਜਿਹੜੀ ਕਰ ਰਹੇ ਹੋ ਤੁਸੀਂ ਮੇਨ ਲੀਡ ਰੋਲ ਦੇ ਉੱਤੇ ਕਰ ਰਹੇ ਹੋ ਉਹਦੇ ਬਾਰੇ ਦੱਸੋ ਭਾਈ ਇੱਥੇ ਤਾਂ ਉਹ ਵਾਹਿਗੁਰੂ ਜੀ ਕਰਨ ਕਰਾਉਣ ਵਾਲੇ ਆ ਸੋਚਿਆ ਨਹੀਂ ਸੀ ਕਦੇ ਮੂਵੀ ਦੇ ਇਸ ਫੀਲਡ 'ਚ ਵੀ ਆਉਣਾ ਆ ਗੀਤਾਂ ਤੱਕ ਸੀਮਿਤ ਸੀ ਕਿਉਂਕਿ ਗਾਣਿਆਂ ਨਾਲ ਮੇਰਾ ਇੰਨਾ ਕੁ ਲਗਾਵ ਆ ਕਿ ਗੀਤ ਹੈ ਤਾਂ ਨੱਡਾ ਹੈ ਜੇ ਮੈਂ ਗਾਊਂਗਾ ਨਹੀਂ ਤਾਂ ਮੈਨੂੰ ਲੱਗਦਾ ਮੈਂ ਰਹੂੰਗਾ ਹੀ ਨਹੀਂ ਇਸ ਦੁਨੀਆ 'ਚ ਸੋ ਬਟ ਜਿੱਦਾਂ ਜਿੱਦਾਂ ਉਹ ਚਾਚਾ ਚਾਚਾ ਗਾਣੇ ਦੀ ਜਦੋਂ ਗੱਲ ਕਰਦੇ ਹਾਂ ਆਪਾਂ ਉਹਦੇ ਜੈਕਟ ਕੁਝ ਉੱਦਾਂ ਦੇ ਹੋਏ ਉਹਨੂੰ ਦੇਖ ਕੇ ਫਿਰ ਔਫਰਸ ਕਾਫੀ ਪਹਿਲਾਂ ਵੀ ਸੀਗੇ ਬਟ ਪਹਿਲਾਂ ਆਪਣੇ ਆਪ ਨੂੰ ਇੰਨੇ ਜੋਗਾ ਸੀ ਸਮਝਦੇ ਨਹੀਂ ਸੀ ਫਿਰ ਰੀਸੈਂਟਲੀ ਇੱਕ ਮੂਵੀ ਕੀਤੀ ਉਹ ਜੇ ਰਿਲੀਜ਼ ਹੋਣੀ ਆ ਸੋ ਉਹਦਾ ਵੀ ਟਾਈਟਲ ਜਲਦੀ ਰਿਵੀਲ ਕਰਾਂਗੇ ਅਤੇ ਹੁਣ ਇੱਕ ਕਰਨ ਜਾ ਰਹੇ ਹਾਂ ਸੋ ਇਹਦਾ ਪੋਸਟਰ ਜਿਹੜਾ ਆ ਨੈਕਸਟ ਵੀਕ ਤੁਹਾਡੇ ਸਾਹਮਣੇ ਹੋਊਗਾ ਆਸ ਕਰਦੇ ਹਾਂ ਕਿ ਉਹ ਵੀ ਜਲਦੀ ਆਏ ਜਿੱਦਾਂ ਭਾਅ ਜੀ ਤੁਸੀਂ ਅਸੀਂ ਗਾਣੇ 'ਚ ਤੁਹਾਨੂੰ ਦੇਖਦੇ ਹਾਂ ਕਿ ਉਹਦੇ 'ਚ ਤੁਹਾਡਾ ਵੇਟ ਜਿਹੜਾ ਸੀ ਪਹਿਲਾਂ ਬਹੁਤ ਜ਼ਿਆਦਾ ਸੀ ਹੁਣ ਮੂਵੀ ਦੌਰਾਨ ਤੁਸੀਂ ਉਹਨੂੰ ਬਹੁਤ ਜ਼ਿਆਦਾ ਲੂਜ਼ ਕੀਤਾ ਹੈ ਨਾ ਇੱਕ ਕੈਮਰਾ ਲੁੱਕ ਵਾਸਤੇ ਇੱਕ ਡਿਫਰੈਂਟ ਲੁੱਕ ਵਾਸਤੇ ਤੁਸੀਂ ਜਿਹੜੀ ਆ ਮਿਹਨਤ ਬੜੀ ਕੀਤੀ ਆ ਉਹਦੇ ਬਾਰੇ ਦੱਸੋ ਕਿੰਨਾ ਕੁ ਟੱਫ ਰਿਹਾ ਤੁਹਾਡੇ ਲਈ ਉਹ ਭਾਅ ਜੀ ਦੇਖੋ ਗੱਲ ਸਾਰੀ ਹਾਰਡ ਮਨੀ ਦੀ ਹੈ ਜੇ ਕੋਈ ਪ੍ਰੋਡਿਊਸਰਸ
ਕਿਸੇ ਬੰਦੇ 'ਤੇ ਸੋਚ ਸਮਝ ਕੇ ਪੈਸਾ ਲਾ ਰਿਹਾ ਤਾਂ ਇਨਸਾਨ ਇੱਕ ਆਰਟਿਸਟ ਨੂੰ ਵੀ ਚਾਹੀਦਾ ਕਿ ਉਨੀ ਕੁ ਮਿਹਨਤ ਕਰਕੇ ਉਹਦੇ ਮੂਹਰੇ ਆਪਣਾ 100% ਦੇਵੇ। ਜਿੱਦਾਂ ਦੀ ਰਿਕੁਆਇਰਮੈਂਟ ਸੀ ਇਸ ਮੂਵੀ ਦੀ ਜਾਂ ਆਉਣ ਵਾਲੇ ਟਾਈਮ ਆ, ਜਿੱਦਾਂ ਉਹ ਫਿੱਟ ਐਂਡ ਫਾਈਨਲ ਰਹਿਣਾ ਪਸੰਦ ਕਰਦੇ ਆ ਸਾਰੇ, ਸੋ ਮੂਵੀ ਦਾ ਵੀ ਕੁਝ ਕੰਸੈਪਟ ਇੱਦਾਂ ਦਾ ਸੀਗਾ ਕਿ ਉਹਦੇ 'ਚ ਇੱਕ ਜਿਹੜਾ ਆ ਲੜਕਾ ਸਲਿਮ ਟ੍ਰਿਮ ਚਾਹੀਦਾ ਸੀ, ਸੋ ਉਹਨੂੰ ਲੈ ਕੇ ਮੈਂ ਨਹੀਂ ਚਾਹੁੰਦਾ ਸੀ ਕਿ ਕਿਸੇ ਵੀ ਚੀਜ਼ ਨੂੰ ਲੈ ਕੇ ਕੋਈ ਕਮੀ ਰਹੇ। ਇਹਨਾਂ ਚੱਕਰਾਂ 'ਚ ਵਰਖਾ, ਕਿਉਂਕਿ ਮਿਹਨਤ ਤਾਂ ਵੱਧਦੀ ਹੈ, ਤੁਸੀਂ ਕਰ ਵੀ ਮੇਨ ਲੀਡ ਰੋਲ ਰਹੇ ਹੋ ਅਤੇ ਉਹਦੇ ਵਾਸਤੇ ਜਿਹੜੀ ਮਿਹਨਤ ਹੈ ਤੁਹਾਨੂੰ ਉਹ ਕਰਨੀ ਵੀ ਜਾਇਜ਼ ਹੈ, ਹੈ ਨਾ। ਸੋ ਸਾਡੇ ਦਰਸ਼ਕਾਂ ਨੂੰ ਤੁਸੀਂ ਕੁਛ ਦੋ ਲੈਣਾ ਜ਼ਰੂਰ ਰੋ ਸੁਣਾਓ ਜੋ ਤੁਹਾਡੇ ਦਿਲ ਦੇ ਸਭ ਤੋਂ ਕਰੀਬ ਹੋਣ। ਮੰਦਾ ਮੂੰਹ ਚੋਂ ਬੋਲ ਜੇ ਨਿਕਲੇ ਟੋਕ ਦੀਆਂ, ਮੰਦੀ ਚੰਗੀ ਥਾਂ ਤੋਂ ਮਾਵਾਂ ਰੋਕਦੀਆਂ, ਮੁਫਤ 'ਚ ਐਡੀਆਂ ਨੇਕ ਸਲਾਮਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਕਿਆ ਬਾਤ ਹੈ, ਬਾਕੀ ਬਹੁਤ ਪਿਆਰਾ ਤੁਸੀਂ ਗਾਇਆ। ਇੱਕ ਤੁਹਾਡਾ ਹੋਰ ਟਰੈਕ ਹੈ ਨਾ ਰੋਮੀ ਨਾ, ਮੈਨੂੰ ਵੀ ਬਹੁਤ ਪਸੰਦ ਹੈ, ਤੁਸੀਂ ਉਹ ਵੀ ਜ਼ਰੂਰ ਸਾਡੇ ਦਰਸ਼ਕਾਂ ਨੂੰ ਸੁਣਾਓ। ਜ਼ਰੂਰ ਜ਼ਰੂਰ, ਉਹ ਮੇਰਾ ਆਪਣਾ ਹੀ ਲਿਖਿਆ ਹੋਇਆ ਹੈ ਜੀ। ਹਾਏ ਰੋਮੀ ਨਾ ਚੱਲ ਇੱਕ ਗੱਲ ਦੱਸ ਵੇ, ਤੂੰ ਨੱਡਿਆ ਛੱਡ ਕੇ ਵੇ ਮੈਨੂੰ ਤੈਨੂੰ ਵੇ ਕਿੱਦਾਂ ਲੱਗਿਆ, ਉਹ ਛੱਡ ਰਹਿਣ ਦੇਵੇ ਚੱਲਿਆ ਜਾਂਦਾ ਵੀ ਨਹੀਂ ਹੋਇਆ, ਤੂੰ ਮੇਰੇ ਨਾਲ ਰਹਿ ਯਾ ਤੂੰ ਉਹਦੇ ਨਾਲ ਰਹਿ, ਪਰ ਰੋਵੀ ਨਾ ਤੂੰ ਰੋਵੀ ਨਾ ਵੇ ਨੱਡਿਆ, ਰੋਵੀ ਨਾ ਰੋਵੀ ਨਾ। ਕਿਆ ਬਾਤ ਹੈ, ਬਹੁਤ ਪਿਆਰਾ ਸੱਚੀ, ਬਹੁਤ ਦਿਲ ਦੇ ਕਰੀਬ ਹੈ। ਥੈਂਕਸ ਤੁਸੀਂ ਸਾਡੇ ਨਾਲ ਸਲਾਨਾ ਵੀ ਸ਼ੇਅਰ ਕੀਤੀਆਂ, ਥੈਂਕਸ। ਸੋ ਸਾਡੇ ਦਰਸ਼ਕਾਂ ਨੂੰ ਤੁਸੀਂ ਇਹ ਵੀ ਦੱਸੋ ਕਿ ਤੁਸੀਂ ਕਿਸ ਜਗ੍ਹਾ ਤੋਂ ਬਿਲੋਂਗ ਕਰਦੇ ਹੋ, ਹੈ ਨਾ, ਸਟੱਡੀ ਜਿਹੜੀ ਹੈ ਤੁਹਾਡੀ ਉਹ ਕਿੱਥੇ ਹੋਈ, ਉਹ ਤੁਹਾਨੂੰ ਖਾਣਾ ਪੀਣਾ ਕਿਵੇਂ ਪਸੰਦ ਹੈ, ਅਤੇ ਫੈਮਿਲੀ ਦੀ ਜਿਹੜੀ ਸਪੋਰਟ ਹੈ ਉਹ ਤੁਹਾਨੂੰ ਕਿੰਨੀ ਹੈ? ਬਿਲਕੁਲ ਜੀ ਬਿਲਕੁਲ, ਫੈਮਿਲੀ ਦੀ ਸਪੋਰਟ ਪੂਰੀ ਆ, ਬਿਕੋਜ਼ ਜਿਹੜਾ ਮੈਂ ਜੁਆਇੰਟ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ, ਸੋ ਫੈਮਿਲੀ ਨੇ ਕਦੇ ਕੁਝ ਇੱਦਾਂ ਦਾ ਨਹੀਂ ਕਿਹਾ ਕਿ, ਦੇਖੋ ਪੇਰੈਂਟਸ ਸਭ ਦੇ ਵਰੀ ਕਰਦੇ ਆ ਕਿ ਉਹਨਾਂ ਦਾ ਬੇਟਾ ਜਿਹੜਾ ਡਾਕਟਰ ਬਣੇ, ਇੰਜੀਨੀਅਰ ਬਣੇ, ਸੋ ਸਟੱਡੀ ਦੀ ਗੱਲ ਕਰਦਾ ਤਾਂ ਮੈਂ ਬੀਟੈਕ ਮਕੈਨੀਕਲ ਐਮ ਟੈਕ ਮਕੈਨੀਕਲ ਹਾਂ, ਸੋ ਦੇਖੋ ਡਿਗਰੀਆਂ ਲਈ ਸਿੰਗਰ ਬਣਦੇ ਆ ਨਾ, ਬਟ ਫਰੋਮ ਲਾਸਟ 10 ਈਅਰ ਮੈਂ ਚੰਡੀਗੜ੍ਹ ਹਾਂ ਅਤੇ ਹੋਮ ਟਾਊਨ ਮੇਰਾ ਸਿਰਸਾ ਹਰਿਆਣਾ ਆ। ਅਤੇ ਰਹੀ ਗੱਲ ਖਾਣ ਪੀਣ ਦੀ, ਖਾਣ ਪੀਣ 'ਚ ਸੁੱਕਾ ਦਾਲ ਫੁਲਕਾ ਮਿਲ ਜੇ, ਵਾਹਿਗੁਰੂ ਦੀ ਮਿਹਨਤ, ਤਾਂ ਹੋਰ ਕੀ ਚਾਹੀਦਾ ਹੈ। ਤੋ ਪੰਜਾਬੀਆਂ ਨੂੰ ਤਾਂ ਫਿਰ ਉਹ ਪਰੌਂਠੇ ਵੀ ਬਹੁਤ ਸਵਾਦ ਲੱਗਦੇ ਆ। ਬਿਲਕੁਲ, ਪਰੌਂਠੇ ਮੈਨੂੰ ਵਧੀਆ ਲੱਗਦੇ ਆ, ਬਟ ਹੁਣ ਜਿੱਦਾਂ ਇਸ ਪ੍ਰੋਫੈਸ਼ਨ ਦੇ ਵਿੱਚ ਥੋੜ੍ਹਾ ਜਿਹਾ ਉਹ ਕਰਨਾ ਪੈਂਦਾ ਹੈ ਕਿ ਨਹੀਂ ਇਹ ਕੋਈ ਖਾ ਰਿਹਾ ਤਾਂ ਫਿਰ ਐਂ ਕਰਕੇ ਵੀ ਛੱਡ। ਸੋ ਅੱਜ ਕੱਲ੍ਹ ਜਿਹੜਾ ਡਾਇਟਿੰਗ ਦਾ ਦੌਰ ਆ, ਸੋ ਜ਼ਿਆਦਾ ਪ੍ਰੋਟੀਨ ਸਬਕਾਸ ਵਾਲੀਆਂ ਚੀਜ਼ਾਂ ਹੀ ਚੱਲਦੀਆਂ ਆ। ਸਟੱਡੀ ਜਿਹੜੀ ਆ ਤੁਸੀਂ ਉਹ ਕਿੱਥੋਂ ਕੀਤੀ? ਸਟੱਡੀ ਇੱਥੋਂ DGC ਕੋਲੇਜ ਆ ਆਪਣੇ ਖਰੜ ਦੇ ਲਾਗੇ, ਅਤੇ ਉੱਥੋਂ ਮੈਂ ਐਮਟੈਕ ਮਕੈਨੀਕਲ ਕੰਪਲੀਟ ਕੀਤਾ ਆ। ਜਿਸ ਤਰ੍ਹਾਂ ਅੱਜ ਕੱਲ੍ਹ ਗੀਤ ਗਾਈ ਚੱਲਦੇ ਨੇ, ਹੈ ਨਾ, ਉਹਨਾਂ 'ਚ ਖੂਨ ਖਰਾਬਾ ਵੀ ਆ, ਮਾਰ ਕੁਟਾਈ ਵੀ ਆ, ਐਲੀਗੇਸ਼ਨਸ ਬਹੁਤ ਲੱਗਦੇ ਨੇ ਉਹਨਾਂ ਗਾਣਿਆਂ ਦੇ ਉੱਤੇ, ਉੱਦਾਂ ਦੇ ਗੀਤ ਵੀ ਤੁਸੀਂ ਕਰੋਗੇ? ਭਾਈ ਗੀਤ ਬਿਲਕੁਲ ਹਰ ਤਰ੍ਹਾਂ ਦਾ ਗੀਤ ਕੀਤਾ ਜਾਊਗਾ, ਬਟ ਸੋਚ ਸਮਝ ਕੇ ਉੱਦਾਂ ਦੀ ਚੀਜ਼ਾਂ ਨਹੀਂ ਗਾਣਿਆਂ 'ਤੇ ਗਾਈ ਜਾਣਗੀਆਂ ਜਿਹੜੀਆਂ ਹੁੰਦੀਆਂ ਹੀ ਨਹੀਂ। ਜੋ ਹੁੰਦੀਆਂ ਉਹ ਤਾਂ ਦੱਸਣ 'ਚ ਕੋਈ ਮੈਨੂੰ ਲੱਗਦਾ ਹਰਜ ਨਹੀਂ ਹੈਗਾ, ਲੜਾਈ ਦੇ ਵੀ ਕਈ ਪੱਖ ਹੁੰਦੇ ਆ, ਅਤੇ ਜੋ ਚੱਕਵਾਂ ਗਾਣਾ ਜਿੱਦਾਂ ਦਾ ਅੱਜ ਦੇ ਵੀਰਿਆਂ ਨੂੰ ਪਸੰਦ ਆ ਜ਼ਰੂਰ ਕੀਤਾ ਜਾਊਗਾ। ਨਹੀਂ, ਜਿੱਦਾਂ ਟ੍ਰੈਂਡ ਹੀ ਚੱਲਦਾ, ਕਈ ਗੀਤ ਇੱਦਾਂ ਦੇ ਨੇ ਜਿਹੜੇ ਬਹੁਤ ਜ਼ਿਆਦਾ ਭੜਕਾਊ ਨੇ, ਜਾਂ ਜਿਹੜੇ ਬਹੁਤ ਜ਼ਿਆਦਾ ਗੀਤ ਇੱਦਾਂ ਨੇ ਜਿਹਨਾਂ ਨੂੰ ਲੋਕ ਦੇਖਦੇ ਵੀ ਨੇ ਪਰ ਉਹਨਾਂ ਬਾਰੇ ਬੋਲਦੇ ਵੀ ਨੇ ਕਿ ਗੀਤ ਇੱਦਾਂ ਨਹੀਂ ਹੋਣੇ ਚਾਹੀਦੇ ਜਾਂ ਇੱਦਾਂ ਗੀਤ ਹੋਣੇ ਨਹੀਂ ਚਾਹੀਦੇ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਭਾਈ ਤੁਹਾਡਾ ਸਵਾਲ ਬਿਲਕੁਲ ਜਾਇਜ਼ ਆ, ਮੈਂ ਹੁਣੇ ਹੁਣੇ ਇਹਦਾ ਜਵਾਬ ਥੋੜ੍ਹਾ ਘੁਮਾ ਕੇ ਦਿੱਤਾ ਸੀ, ਪਰ ਹੁਣ ਤੁਸੀਂ ਕਹਿਣਾ, ਦੇਖੋ ਤੁਸੀਂ ਵੀ ਚੈਨਲ ਚਲਾਉਣਾ ਹੈ, ਹੁਣ ਤੁਸੀਂ ਕਹਿਣਾ ਭਾਅ ਜੀ ਅਗਰੈਸਿਵ ਹੋ ਗਏ, ਹੁਣ ਥੋੜ੍ਹਾ ਜਿਹਾ ਸੁਣੀ ਚੱਲੇ ਹੋ। ਗੀਤ ਆਪਣੀ ਜਗ੍ਹਾ ਹੈ, ਬਟ ਮੈਂ ਨਹੀਂ ਮੰਨਦਾ ਕਿ ਆਪਣਾ ਜਿੰਨਾ ਵੀ ਯੂਥ ਆ, ਚਾਹੇ ਉਹ ਪੰਜਾਬ ਦਾ, ਹਰਿਆਣੇ, ਜਿੰਨੇ ਕਿ ਮੇਰੇ ਹਮ ਉਮਰ ਮਿੱਤਰ ਆ, ਮੈਂ ਉਹਨਾਂ ਨੂੰ ਕੋਈ ਭੇਡਾਂ ਥੋੜ੍ਹੀ ਮੰਨਦਾ ਹਾਂ, ਉਹ ਭੇਡਾਂ ਨਹੀਂ ਹੈਗੀਆਂ ਯਾਰ, ਉਹਨਾਂ ਦੇ ਆਪਣੇ ਦਿਮਾਗ ਆ, ਸਭ ਦਾ ਆਪਣਾ ਇੱਕ ਕਲਚਰ ਆ, ਸਭ ਦੇ ਪੇਰੈਂਟਸ ਆ, ਉਹਨਾਂ ਨੂੰ ਸਮਝਾਉਂਦੇ ਆ। ਇਹ ਨਹੀਂ ਗਾ ਕਿ ਕੋਈ ਕਿਸੇ ਦੇ ਗੀਤ ਪਿੱਛੇ ਲੱਗ ਕੇ ਮਾੜੇ ਕੰਮ ਕਰਨਾ ਸ਼ੁਰੂ ਕਰ ਦੂ, ਲੜਾਈਆਂ ਕਰਨੀਆਂ ਸ਼ੁਰੂ ਕਰ ਦੂਗਾ, ਠੀਕ ਹੈ, ਇਹ ਤਾਂ ਸਭ ਕਹਿਣ ਦੀਆਂ ਗੱਲਾਂ ਹੁੰਦੀਆਂ ਆ ਕਿ ਠੀਕ ਹੈ ਫਲਾਣਾ ਫਲਾਣੇ ਪਿੱਛੇ ਲੱਗ ਗਿਆ, 1% ਹੁੰਦਾ ਆ ਜਾਂ 5% ਵੀ ਕਹਿ ਸਕਦੇ ਹਾਂ, ਉਹ ਉਦੋਂ ਹੁੰਦਾ ਆ ਕਿ ਜਦੋਂ ਬੰਦੇ ਦਾ ਆਪਣਾ ਵੀ ਮੰਨਿਆ, ਉਹਨੇ ਆਪਣੀ ਚੋਇਸ ਦੇ ਨਾਲ ਉਹ ਗੀਤ ਸੁਣਿਆ ਆ, ਗੀਤ ਸੁਣ ਕੇ ਉਹਨੇ ਕੁਛ ਨਹੀਂ ਕੀਤਾ। ਜਿੱਦਾਂ ਜੇ ਕੋਈ ਸੈਡ ਆ ਤਾਂ ਉਹ ਸੈਡ ਸੌਂਗ ਲਾ ਕੇ ਫਿਰ ਹੋਰ ਜ਼ਿਆਦਾ ਸੈਡ ਹੋ ਜਾਂਦਾ ਆ, ਐਂ ਨਹੀਂ ਗਾ ਕਿ ਸੈਡ ਸੌਂਗ ਚੱਲਦਾ ਆ ਫਿਰ ਉਹ ਸੈਡ ਹੁੰਦਾ, ਪਹਿਲਾਂ ਉਹ ਸੈਡ ਹੁੰਦਾ ਫਿਰ ਉਸ ਤੋਂ ਬਾਅਦ ਉਹ ਸੈਡ ਸੌਂਗ ਸੁਣਦਾ ਆ।
ਸੋ ਜਿਹੜੇ ਬੰਦੇ ਹੈਗੇ ਚੱਕਵੇਂ ਨੇਚਰ ਦੇ ਉਹ ਓਬਵੀਅਸਲੀ ਚੱਕਵੇਂ ਗਾਣੇ ਸੁਣਨਗੇ। ਅਤੇ ਰਹੀ ਗੱਲ ਚੱਕਵੇਂ ਵਧੀਆ ਗਾਣਿਆਂ ਦੀ, ਤਾਂ ਵਧੀਆ ਗਾਣੇ 'ਤੇ ਦੇਖੋ ਕੰਪਨੀ ਇੰਨਾ ਪੈਸਾ ਤਾਂ ਲਾਉਂਦੀਆਂ ਨਹੀਂ, ਕੰਪਨੀਆਂ ਹੀ ਨਹੀਂ ਲਾਉਂਦੀਆਂ, ਸਿੰਗਰ ਕੀ ਕਰੂਗਾ। ਅਤੇ ਸਾਡੇ ਕੋਲ ਇੰਨਾ ਤਾਂ 2 ਨੰਬਰ ਦਾ ਪੈਸਾ ਹੈ ਨਹੀਂ ਕਿ ਅਸੀਂ ਆਪਣਾ ਘਰ ਪੱਟ ਕੇ ਵਾਰੀ ਵਾਰੀ ਐਕਸਪੈਰੀਮੈਂਟ ਕਰੀ ਚੱਲੀਏ। ਇੱਕ ਗੀਤ ਕੀਤਾ ਸੀ ਮੈਂ ਸੱਚ, ਅਗਰ ਤੁਸੀਂ ਸੁਣਿਆ ਹੋਵੇ ਤਾਂ, ਉਹਦੇ 'ਤੇ ਉਦੋਂ ਪਹਿਲਾਂ ਮੈਂ ਇੱਕ ਕਲਯੁਗੀ ਪੁੱਤ ਗੀਤ ਕੀਤਾ ਸੀ। ਉਹ ਗਾਣੇ 'ਤੇ ਸਾਡਾ ਨੀਅਰ ਅਬਾਊਟ 8-10 ਲੱਖ ਰੁਪਏ ਖਰਚਾ ਆਇਆ ਸੀ, ਅਤੇ ਮੈਨੂੰ ਕਹਿਣਾ ਨਹੀਂ ਚਾਹੀਦਾ ਹੁਣ ਔਨ ਸਕਰੀਨ, ਕਿਉਂਕਿ ਬਟ ਸਾਨੂੰ ਉਹਦੇ ਤੋਂ ਮੈਨੂੰ ਲੱਗਦਾ ਮੁੜਿਆ ਨਹੀਂ ਗਾ, ਮਤਲਬ 50,000 ਕੰਪਨੀ ਨੂੰ ਵੀ ਨਹੀਂ ਮੁੜਿਆ ਹੋਣਾ। ਅਤੇ ਉਹ ਕੰਪਨੀ ਕਿੱਦਾਂ ਜ਼ੇਰਾ ਕਰੂਗੀ, ਜਾਂ ਮੈਂ ਕਿੱਦਾਂ ਜਿਗਰਾ ਕਰੂੰਗਾ ਵੀ ਭਾਅ ਜੀ ਮੁੜ ਕੇ ਹਾਂ ਮੇਰੇ 'ਤੇ ਇੱਦਾਂ ਦੇ ਗਾਣੇ। ਅਤੇ ਇੱਕ ਅਸੀਂ ਚਾਚਾ ਕੀਤਾ ਆ, ਉਹਦੇ 'ਤੇ ਚਲੋ ਸਾਡਾ XYZ ਜਿੰਨਾ ਵੀ ਲੱਗਿਆ, ਪਰ ਅਸੀਂ 4 ਗੁਣਾ ਵੱਧ ਪੈਸਾ ਕਮਾ ਕੇ ਘਰ ਬੈਠੇ। ਸੋ ਤੁਹਾਨੂੰ ਥੋੜ੍ਹਾ ਜਿਹਾ ਲੋਕ ਵੀ ਪੋਜ਼ਿਟਿਵ ਹੋਣ, ਫਿਰ ਤਾਂ ਅਸੀਂ ਪੋਜ਼ਿਟਿਵ ਅਗਰ ਸਾਡੇ ਚੰਗਾ ਗੀਤ ਗਾਇਆ ਸਾਰੇ ਗੁਰੂ ਘਰ ਜਾਂਦੇ ਆ, ਤਾਂ ਸਾਨੂੰ ਕੀ ਤਰ੍ਹਾਂ ਜਾ ਭਾਅ ਜੀ ਇਸ ਚੀਜ਼। ਅਤੇ ਮੈਂ ਕੋਈ, ਅਸੀਂ ਕੋਈ ਈਗੋ ਲੈ ਕੇ ਨਹੀਂ ਤੁਰੇ ਫਿਰਦੇ ਕਿ ਅਸੀਂ ਇੱਦਾਂ ਹੀ ਗਾਉਣਾ ਆ, ਜੋ ਤੁਸੀਂ ਸੁਣੋਗੇ ਅਸੀਂ ਉਹੀ ਸੁਣਾਵਾਂਗੇ। ਤੁਸੀਂ ਜੇ ਤੁਸੀਂ ਕਹਿਣ ਲੱਗ ਜਾਓਗੇ ਇੱਕ ਟਾਈਮ ਆ ਜਾਏਗਾ ਜੀ ਸਾਰੇ ਗੀਤ ਧਾਰਮਿਕ ਗਾਉਣੇ ਆ, ਤੁਸੀਂ ਧਾਰਮਿਕ ਅਕਸੈਪਟ ਕਰਨ ਵਾਲੇ ਬਣੋ, ਅਸੀਂ ਦੂਜਾ ਅੱਖਰ ਗਾਉਂਦੇ ਹੀ ਨਹੀਂ, ਜਿੱਦਾਂ ਕਹੋਗੇ ਉੱਦਾਂ ਹੀ ਚੱਲਾਂਗੇ ਆਪਾਂ। ਬਟ ਐ ਨਹੀਂ ਹੋਣਾ ਚਾਹੀਦਾ ਵੀ ਅਸੀਂ ਐਕਸਪੈਰੀਮੈਂਟ ਕਰੀਏ, ਚੰਗੇ ਗੀਤ ਕਰੀਏ, ਆਪਣਾ ਪੈਸਾ ਖਰਾਬ ਕਰੀਏ, ਅਤੇ ਸਾਨੂੰ ਅੱਗੋਂ ਥੱਲੇ ਵਿਊਜ਼ ਮਿਲਣ 5,000 ਜਾਂ 10,000, ਕੰਪਨੀ ਮੁੜ ਕੇ ਸਾਡੇ ਕਨੀ ਮੂੰਹ ਹੀ ਨਾ ਕਰੇ, ਜਾਂ ਅਸੀਂ ਕੰਪਨੀਆਂ ਦੇ ਦਰਵਾਜ਼ੇ 'ਤੇ ਜਾਣੋ ਹਟ ਜਾਈਏ, ਤਾਂ ਉਹ ਗੱਲਾਂ ਚੰਗੀਆਂ ਨਹੀਂ ਹੈਗੀਆਂ, ਕਿਉਂਕਿ ਹਰ ਕਿਸੇ ਨੇ ਆਪਣਾ ਘਰ ਚਲਾਉਣਾ ਆ, ਸਰਵਾਈਵ ਲਈ ਸਾਰੇ ਆਏ ਆ, ਹਾਰਡ ਮਨੀ ਸਾਰਿਆਂ ਦੀ ਆ, ਚਾਹੇ ਪ੍ਰੋਡਿਊਸਰ ਦੀ ਚਾਹੇ ਸਿੰਗਰ ਦੀ ਆ। ਸੋ ਇਹਨਾਂ ਗੱਲਾਂ 'ਤੇ ਬਾਕੀ ਮੈਨੂੰ ਮਾਣ ਆ ਆਪਣੇ ਪੰਜਾਬ ਦੇ ਜਿੰਨੇ ਵੀ ਮਿੱਤਰ ਆ, ਸਾਰੇ ਭਰਾ ਆ, ਵੀਰ ਆ, ਜਿਹੜੇ ਸਾਨੂੰ ਸਪੋਰਟ ਕਰਦੇ ਆ, ਮੇਰੇ ਨਾਲ ਜਿਹੜੇ ਜੁੜੇ ਉਹਨਾਂ ਨੇ ਕਦੇ ਇਹ ਗੱਲਾਂ ਨਹੀਂ ਕਹੀਆਂ, ਕਿਉਂਕਿ ਸਾਰੇ ਬੜੇ ਹੀ ਸਿਆਣੇ ਆ। ਅਤੇ ਹਾਂ, ਇੰਨਾ ਜ਼ਰੂਰ ਆ ਕਿ ਮੈਂ ਕਿਸੇ ਵੀ ਗੀਤ ਦੇ ਵਿੱਚ ਇੱਦਾਂ ਦੀਆਂ ਕੋਈ ਲਾਈਨਾਂ ਨਹੀਂ ਪਾਊਂਗਾ ਜਿਹਦੇ ਵਿੱਚ ਨਸ਼ਾ ਪ੍ਰਮੋਟ ਹੋਊਗਾ। ਬਾਕੀ ਰਹੀ ਗੱਲ ਲੜਾਈ ਲੜੂਈ ਵਾਲੀ ਹੈ, ਤਾਂ ਦੇਖੋ ਜੀ ਇੱਕ ਪੱਤਰਕਾਰਿਤਾ ਹੈ, ਜਰਨਲਿਸਟ ਅਖਬਾਰ ਵਾਲੇ ਲਿਖ ਕੇ ਦੱਸ ਦਿੰਦੇ ਕਿ ਕੱਲ੍ਹ ਲੜਾਈ ਹੋਈ ਸੀ, ਲੜਾਈ ਵਿੱਚ ਇੱਦਾਂ ਇੱਦਾਂ ਦਰਸ਼ਾ ਹੋਇਆ, ਗਾਉਣਾ ਲਗਾ ਕੇ ਦੱਸ ਦਿੰਦਾ ਜੀ ਫਲਾਣੀ ਜਗ੍ਹਾ ਲੜਾਈ ਹੋਈ ਸੀ, ਇੱਦਾਂ ਹੋ ਗਿਆ, 5 PGI ਨੇ ਫਲਾਣੀ ਜਗ੍ਹਾ। ਅਤੇ ਇਹਦੇ ਵਿੱਚ ਮੈਂ ਨਹੀਂ ਮੰਨਦਾ, ਇਟਸ ਪਾਰਟ ਆਫ ਲਾਈਫ, ਅਤੇ ਦੌਰ ਚੱਲ ਜਾਣਾ ਆ, ਸਾਰੇ ਹੁਣ ਵੈਸੇ ਬਦਲ ਰਹੇ ਆ, ਦੌਰ ਜਲਦੀ ਚੱਲ ਜਾਣਾ ਆ। ਅੱਛਾ, ਜਿਵੇਂ ਤੁਸੀਂ ਦੌਰ ਦੀ ਗੱਲ ਕੀਤੀ ਹੈ ਨਾ, ਕਈ ਐਸੇ ਸਿੰਗਰਸ ਨੇ ਜਿਹੜੇ ਸਾਡੀ ਇੰਡਸਟਰੀ 'ਚ ਵੀ ਆਏ, ਜਿਵੇਂ ਪਹਿਲਾਂ ਇੱਕ ਹਰਮਨ ਜੀ ਮੈਨੂੰ ਲੈ ਕੇ ਬਹੁਤ ਜ਼ਿਆਦਾ ਲੋਕਾਂ ਨੇ ਕਰੇਜ਼ ਸ਼ੁਰੂ ਕੀਤਾ ਹੈ ਨਾ, ਫਿਰ ਉਸ ਤੋਂ ਬਾਅਦ ਟਾਈਮ ਟੂ ਟਾਈਮ ਉਹ ਵੀ ਇੱਕ ਤਰ੍ਹਾਂ ਦੇ ਬੰਦਾ ਥੋੜ੍ਹਾ ਜਿਹੜਾ ਲੋਕਾਂ ਤੋਂ ਦੂਰ ਹੋ ਗਿਆ, ਜਿਵੇਂ ਹੁਣ ਅੱਜ ਦੀ ਡੇਟ 'ਚ ਮੁੱਖ ਮੰਤਰੀ ਜ਼ਿਆਦਾ ਹਾਈਲਾਈਟਡ ਹੋ ਗਿਆ। ਇਸ ਤਰ੍ਹਾਂ ਕੋਈ ਸਿੰਗਰ ਆਉਂਦਾ ਹੈ ਔਰ ਆ ਕੇ ਚਲਾ ਜਾਂਦਾ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਜੀ, ਬੰਦੇ ਆ ਫਿਜ਼ੂਲ ਗਿਲਾ ਐਵੇਂ ਤੇਰੇ ਦਿਲ ਦਾ, ਉਹਦੀ ਰਜ਼ਾ ਬਿਨਾਂ ਪੱਤਾ ਵੀ ਨਹੀਂ ਹਿਲਦਾ। ਉਹ ਇੱਕ ਕਾਇੰਡ ਆਫ ਇੰਡਸਟਰੀ ਆ, ਉਹਨਾਂ ਵੀਰਿਆਂ ਦਾ ਉੱਦਾਂ ਹੀ ਖਾਣਾ ਲਿਖਿਆ ਹੋਇਆ ਸੀ, ਉਹਨਾਂ ਨੂੰ ਇੱਕ ਆਰਟਿਸਟ ਵੀ ਕਹਿ ਸਕਦੇ ਹਾਂ, ਨਾਲ ਦੇ ਨਾਲ ਪਲੱਸ ਐਂਟਰਟੇਨਮੈਂਟ ਵੀ ਕਹਿ ਸਕਦੇ ਹਾਂ। ਮੈਂ ਤਾਂ ਕਹਿੰਦਾ ਵੀ ਉਹ ਮਲਟੀ ਟੈਲੈਂਟਿਡ ਆ, ਵੀ ਸਾਨੂੰ ਹਸਾਉਣਾ ਨਹੀਂ ਆਉਂਦਾ, ਅਸੀਂ ਇਕੱਲਾ ਗਾਉਂਦੇ ਹਾਂ, ਉਹ ਗਾਉਂਦੇ ਵੀ ਆ ਅਤੇ ਹਸਾਉਂਦੇ ਵੀ ਆ, ਤਾਂ ਉਹ ਵੱਧ ਮਲਟੀ ਟੈਲੈਂਟਿਡ ਆ। ਬਸ ਸ਼ਰਤ ਇੱਕ ਆ ਕਿ ਜਿਨ੍ਹਾਂ ਦੀ ਕਮਾਨ, ਹੁਣ ਤੁਸੀਂ ਨਾਮ ਲਿਆ ਕਿ ਆਪਣਾ ਛੋਟਾ ਵੀਰ ਮੁੱਖ ਮੰਤਰੀ, ਜੇ ਜੋ ਉਹਨੂੰ ਸੰਭਾਲ ਰਿਹਾ, ਜਿਹੜੀ ਉਹਨਾਂ ਦੀ ਮੈਨੇਜਮੈਂਟ ਆ, ਅਗਰ ਉਹਨਾਂ ਵਿੱਚ ਲੋਇਲਟੀ ਆ, ਉਹ ਮੁੱਖ ਮੰਤਰੀ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝ ਕੇ ਅਗਰ ਉਹਨੂੰ ਅੱਗੇ ਲੈ ਕੇ ਜਾਣਗੇ, ਤਾਂ ਮੈਂ ਨਹੀਂ ਸਮਝਦਾ ਕਿ ਉਹ ਮੁੰਡਾ ਫਲੋਪ ਹੋਊਗਾ ਜਾਂ ਕੋਈ ਗੀਤ ਉਹਨਾਂ ਦਾ ਫਲੋਪ ਹੋਊਗਾ। ਬਸ ਪ੍ਰੈਜੈਂਟੇਸ਼ਨ ਹੁੰਦੀ ਆ। ਹਰਮਨ ਚੀਮੇ ਦੇ ਟਾਈਮ 'ਤੇ ਉਹਨਾਂ ਨੇ ਹੌਲੀ ਹੌਲੀ ਜੋ ਵੀ ਸੀ ਅੰਦਰ ਦੀਆਂ ਗੱਲਾਂ ਹੁੰਦੀਆਂ, ਆ ਸਾਨੂੰ ਤਾਂ ਇੰਨੀ ਜ਼ਿਆਦਾ ਨੌਲੇਜ ਨਹੀਂ ਕਿ ਪ੍ਰੈਜੈਂਟੇਸ਼ਨ ਉਹਨੇ ਘੈਂਟ ਲੈਵਲ 'ਤੇ ਨਹੀਂ ਰਹੀ ਉਹਨਾਂ ਦੀ, ਉਹ ਚਲ ਗਿਆ। ਅਤੇ ਅਗਰ ਬਾਕੀ ਮੇਨ ਹੁੰਦੀ ਕਿ ਆਰਟਿਸਟ ਦੀ ਇੱਜ਼ਤ ਨੂੰ ਜਦੋਂ ਪ੍ਰੋਡਿਊਸਰ ਆਪਣੀ ਇੱਜ਼ਤ ਸਮਝਦੇ ਨਾ, ਫਿਰ ਆਰਟਿਸਟ ਕਦੇ ਨਹੀਂ ਉਡਾਉਂਦਾ ਭਾਅ ਜੀ। ਜਿੱਦਾਂ ਤੁਸੀਂ ਮੰਨ ਲਓ ਕਿ ਹੁਣ ਉਸ ਟਾਈਮ 'ਤੇ ਲੋਕਾਂ ਨੇ ਉਹਨਾਂ ਦੇ ਗੀਤਾਂ ਨੂੰ ਐਕਸੈਪਟਿਡ ਕੀਤਾ ਹੈ ਨਾ, ਬਹੁਤ ਜ਼ਿਆਦਾ ਉਹਨਾਂ ਨੂੰ ਜੰਪ ਕੀਤਾ, ਕਿਤੇ ਇੱਕ ਨੋਰਮਲ ਆਰਟਿਸਟ ਦੇ ਗੀਤ ਨੇ ਜਿਹੜੇ ਉਸਦੇ ਟੇਸਟ ਦੇ ਬਿਲਕੁਲ ਵੀ ਨਹੀਂ ਹੈਗੇ, ਤਾਂ ਕੀ ਆਡੀਅੰਸ ਉਹੀ ਹੈ ਜਾਂ ਆਡੀਅੰਸ ਕੋਈ ਵੰਡੀ ਜਾਂਦੀ ਹੈ? ਆਡੀਅੰਸ ਭਾਅ ਜੀ ਉਹੀ ਰਹਿੰਦੀ ਹੈ, ਬਸ ਉਹਨਾਂ ਨੇ 4 ਕੁ ਦਿਨ ਮਜ਼ੇ ਲੈਣੇ ਹੁੰਦੇ ਆ, ਉਹਨਾਂ ਦੇ ਫੈਨਸ ਨਹੀਂ ਹੁੰਦੇ। ਉਹ ਇੱਕ ਤਾਂ ਹੁੰਦਾ ਨਾ ਕਿ ਡਾਈ ਹਾਰਟ ਫੈਨਸ ਨੇ, ਉਹ ਕਿਤੇ ਉਹਨਾਂ ਨੂੰ ਇਨਵਾਈਟ ਵੀ ਨਹੀਂ ਕਰਨਗੇ। ਬਟ ਉਹ ਜਿਹੜਾ ਦੌਰ ਚੱਲ ਰਿਹਾ, ਜਿੱਦਾਂ ਉਹਨਾਂ ਨੇ ਗੀਤ, ਉਹਦਾ ਉਹਨਾਂ ਨੂੰ ਮਸਾਲਾ ਚਾਹੀਦਾ, ਆਡੀਅੰਸ ਸਿਰਫ ਮਸਾਲਾ ਭਾਲਦੀ ਹੈ, ਅਤੇ ਉਹਨਾਂ ਨੇ ਉਹਨਾਂ ਨੂੰ ਉੱਦਾਂ ਅਸੈਪਟ ਕੀਤਾ ਹੈ, ਆਡੀਅੰਸ ਉਹੀ ਰਹਿੰਦੀ ਆ। ਬਟ ਜਨਰਲ ਜੋ ਆਡੀਅੰਸ ਦਾ ਟੇਸਟ ਆ, ਉਹ ਅੱਜ ਵੀ ਚੰਗਾ ਆ, ਐਂ ਨਹੀਂ ਮੈਂ ਕਹਿੰਦਾ ਕਿ ਉਹ ਉੱਦਾਂ ਦਾ ਹੀ, ਉਹ ਬਸ ਇੱਕ ਪਰਟੀਕੁਲਰ ਗਾਣੇ ਨੂੰ ਉਹਨਾਂ ਨੇ ਲਾਈਕ ਕੀਤਾ। ਜੇ ਸਾਰੇ ਉੱਦਾਂ ਦੇ ਗੀਤ ਕਰਨ ਲੱਗ ਜਾਣਗੇ ਤਾਂ ਆਡੀਅੰਸ ਨਹੀਂ ਸੁਣੂਗੀ, ਆਈ ਐਮ ਡੈਮ ਸ਼ੋਰ ਜੀ। ਬਿਲਕੁਲ ਉੱਦਾਂ ਦੇ ਤਾਂ ਸਾਰੇ ਕੋਈ ਵੀ ਨਹੀਂ ਕਰਦੇ, ਕਿਉਂਕਿ ਹਰੇਕ ਆਰਟਿਸਟ ਜਿਹਨੇ ਸਟਰਗਲ ਕੀਤਾ ਆ, ਉਹ ਕੋਸ਼ਿਸ਼ ਤਾਂ ਕਰਦਾ ਕਿ ਮੈਂ ਇੱਕ ਟਾਈਮ 'ਤੇ ਆਪਣਾ ਨਾਮ ਜ਼ਰੂਰ ਬਣਾਉਣਾ, ਲੇਕਿਨ ਉਹ ਨਾਮ ਬਹੁਤੀ ਦੇਰ ਤੱਕ ਉਹ ਜਿਹੜਾ ਉਹ ਸਟੈਂਡ ਨਹੀਂ ਰਹਿ ਪਾਉਂਦਾ, ਟਾਈਮ ਟੂ ਟਾਈਮ ਉਹ ਜਿਹੜਾ ਨਾਮ ਹੈਗਾ ਬਹੁਤ ਜ਼ਿਆਦਾ ਘੱਟ ਜਾਂਦਾ। ਭਾਅ ਜੀ ਮਸ਼ਹੂਰੀ ਨਾ ਦੇਖੋ 2 ਤਰ੍ਹਾਂ ਦੀ ਹੁੰਦੀ ਹੈ, ਇੱਕ ਚੰਗੇ 'ਚ ਇੱਕ ਮਾੜੇ 'ਚ। ਬੰਦੇ ਪਿੰਡ 'ਚ 2 ਤਰ੍ਹਾਂ ਦੇ ਮਸ਼ਹੂਰ ਹੁੰਦੇ ਆ, ਕਹਿੰਦਾ ਜੀ ਫਲਾਣਾ ਮੁੰਡਾ ਤਾਂ ਦੇਖੋ ਬਾਹਲਾ ਹੀ ਸਾਊ ਕੰਮ ਕਰਦਾ ਹੈ, ਉਹਨੂੰ ਵੀ ਸਾਰੇ
ਇੱਕ ਨੂੰ ਕਹਿੰਦੇ ਆ ਫਲਾਣਾ ਦੇਖਿਆ ਆ ਉਹ ਗਲੀ 'ਚ ਦਾਰੂ ਪੀ ਕੇ ਡਿੱਗਿਆ ਰਹਿੰਦਾ ਹੈ, ਉਹਨੂੰ ਵੀ ਸਾਰੇ ਜਾਣਦੇ ਆ, ਉਹ ਤੁਹਾਡੇ ਹੱਥ 'ਚ ਆ ਤੁਸੀਂ ਕਿੱਦਾਂ ਦੀ ਮਸ਼ਹੂਰੀ ਲੈਣੀ ਹੈ। ਇਹ ਸਟਰਗਲ ਜਿਹੜਾ ਅਸੀਂ ਕਰ ਰਹੇ ਹਾਂ ਜਾਂ ਜੋ ਅਸੀਂ ਹੁਣ ਤੱਕ ਕਰਕੇ ਆਏ ਹਾਂ ਉਹ ਇੱਕ ਚੰਗੀ ਮਸ਼ਹੂਰੀ ਦੇ ਲਈ ਕਰਕੇ ਆਏ ਸੀ। ਹਿੱਟ ਹੋਣਾ ਕੋਈ ਔਖੀ ਗੱਲ ਨਹੀਂ, ਜੇ ਅਸੀਂ ਆਪਣੇ ਆਪ ਤੋਂ ਬਾਹਰ ਹੋ ਕੇ ਜੇ ਅਸੀਂ ਨਾ ਇੱਜ਼ਤ ਸਮਝੀਏ ਕਿ ਸਾਡੇ ਘਰਦਿਆਂ ਨੂੰ ਕਿਸੇ ਨੇ ਕੀ ਕਹਿਣਾ ਆ, ਤੁਹਾਨੂੰ ਸਵੇਰੇ ਹਿੱਟ ਹੋ ਕੇ ਦਿਖਾ ਦਿਆਂਗੇ। ਐਡਾ ਐਡਾ ਚੱਕਰ ਨਹੀਂ ਹੁੰਦਾ, ਇੰਨੇ ਪਾਗਲ ਦਿਮਾਗ ਥੋੜ੍ਹੀ ਆ ਕਿਸੇ ਦੇ। ਬਟ ਜਿੱਦ ਇਸ ਚੀਜ਼ ਦੀ ਆ ਕਿ ਯਾਰ ਆਉਣਾ ਆ ਚੰਗੇ ਤਰੀਕੇ ਨਾਲ ਆਉਣਾ ਆ ਕਿ ਚੰਗੇ ਲੋਕ ਸਾਡੇ ਨਾਲ, ਬਸ ਇੰਨੀ ਕੀ ਗੱਲ। ਹੁਣ ਜਿਹੜੇ ਗੀਤ ਹੈਗੇ ਪਹਿਲਾਂ ਕੀਤੇ ਉਹਦੇ ਵਰਗੇ ਗੀਤ ਆਉਣਗੇ ਹੁਣ ਤੁਹਾਡੇ? ਗੀਤ ਸਭ ਤਰ੍ਹਾਂ ਦੇ ਆਉਣਗੇ, ਸੈਡ ਸੌਂਗ, ਰੋਮੈਂਟਿਕ, ਚੱਕਵੇਂ। ਅਤੇ ਚੱਕਵਿਆਂ ਦੇ ਵਿੱਚ ਇਹ ਨਹੀਂ ਜ਼ਿਆਦਾ, ਮੈਂ ਨਹੀਂ ਕਹੂੰਗੀ ਕਿ ਸਾਰੇ ਲੜਾਈਆਂ ਵਾਲੇ ਹੁੰਦੇ ਆ, ਚੱਕਵੇਂ ਵਿਆਹ ਸ਼ਾਦੀਆਂ ਵਾਲੇ। ਸੋ ਕੋਸ਼ਿਸ਼ ਕਰਦੇ ਹਾਂ ਕਿ ਜਿੱਦਾਂ ਦਾ ਯੂਥ ਨੂੰ ਪਸੰਦ ਆਊਗਾ ਉੱਦਾਂ ਦਾ ਗੀਤ ਜ਼ਰੂਰ ਕਰਾਂਗੇ। ਅੱਛਾ, ਜਿਵੇਂ ਹੁਣ ਤੁਸੀਂ ਫਿਲਮ ਕਰ ਰਹੇ ਹੋ, ਹੈ ਨਾ, ਫਿਲਮ ਦੇ ਸ਼ੂਟ ਜਿਹੜੇ ਨੇ ਉਹ ਆਲਮੋਸਟ ਹੋ ਚੁੱਕੇ ਨੇ, ਹਜੇ ਚੱਲ ਰਹੇ ਨੇ? ਇਸ ਮੂਵੀ ਬਾਰੇ ਮੈਂ ਤੁਹਾਨੂੰ ਜ਼ਿਆਦਾ ਕੁਝ ਰਿਵੀਲ ਨਹੀਂ ਕਰ ਸਕਦਾ ਹਾਂ, ਕਿਉਂਕਿ ਫਿਰ ਸਸਪੈਂਸ ਜਿਹੜਾ ਹੈ ਮੁੱਕ ਜਾਂਦਾ ਹੈ। ਹਾਂ, ਡਾਇਰੈਕਟਰ ਮੈਂ ਤੁਹਾਨੂੰ ਦੱਸ ਦੇਣਾ, ਡਾਇਰੈਕਟ ਕੀਤੀ ਆ ਵੀਰ ਸਿੰਘ ਫਤਿਹਵੀਰ ਨੇ ਕਰਨੀ ਆ, ਅਤੇ ਨਾਲ ਮੇਰਾ ਵੀਰਾ ਕਵਲ ਸੰਧੂ ਵੀ ਰਹੇ ਆ, ਅਤੇ ਦੋਨੋਂ ਹੀ ਮੈਂ ਪਰਸਨਲੀ, ਇੱਕ ਤਾਂ ਹੁੰਦਾ ਕਿ ਮੈਨੂੰ ਹੁਣ ਮਿਲੇ, ਪਰਸਨਲੀ ਬੜੇ ਹੀ ਘੈਂਟ ਵੀਜ਼ਨ ਹੁੰਦਾ ਨਾ ਇੱਕ, ਜਿਹਨਾਂ ਨਾਲ ਕੰਮ ਕਰਕੇ ਜਿਹੜਾ ਜਿਹਾ ਮਜ਼ਾ ਆਊਗਾ ਉਹਦਾ ਫਲੋਰ, ਉੱਦਾਂ ਮੈਨੂੰ ਪੂਰੀ ਘੈਂਟ ਵਾਲੀ ਫੀਲਿੰਗ ਹੈ। ਸੋ ਤੁਸੀਂ ਨਿਊ ਯੂਥ ਜਿਹੜੇ ਜਨਰੇਸ਼ਨ ਹੈ, ਨਿਊ ਜਨਰੇਸ਼ਨ ਹੈ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਵੈਸੇ ਮੈਂ ਦੇਣ ਜੋਗਾ ਹੋਇਆ ਤਾਂ ਨਹੀਂ, ਬਟ ਮੇਰੇ ਸਾਰੇ ਵੀਰਿਆਂ ਨੂੰ ਹੱਥ ਬੰਨ੍ਹ ਕੇ ਇੱਕ ਹੀ ਮੈਸੇਜ ਹੈ ਕਿ ਇੱਕ ਬੱਚੇ ਲਈ, ਇੱਕ ਪੇਰੈਂਟਸ ਅਤੇ ਪੇਰੈਂਟਸ ਲਈ ਉਸ ਬੱਚੇ ਦੀ ਓਨੀ ਕੁ ਵੈਲਿਊ ਹੁੰਦੀ ਹੈ ਜਦੋਂ ਜਿੰਨਾ ਕੁਛ ਛੋਟਾ ਹੋ ਜਾਂਦਾ ਹੈ, ਚਾਹੇ ਮੁੜ ਕੇ ਵੱਡਾ ਹੁੰਦਾ। ਐਂਟੀ ਡਰੱਗਸ ਮਤਲਬ ਆਪਾਂ ਨਸ਼ੇ ਕੋਈ ਨਹੀਂ ਕਰਨੇ, ਅਤੇ ਨੈਵਰ ਗਿਵ ਅਪ। ਜਦੋਂ ਬੰਦਾ ਗਿਵ ਅਪ ਕਰਦਾ ਨਾ ਭਾਅ ਜੀ ਕਿਸੇ ਵੀ ਚੀਜ਼ ਤੋਂ ਲੈ ਕੇ, ਉਦੋਂ ਫਿਰ ਉਹ ਜਿਹੜਾ ਬੁਰਾਈਆਂ ਵਾਲੇ ਵੱਲ ਜਿਹੜਾ ਚੱਲ ਜਾਂਦਾ ਹੈ, ਉਹ ਨਸ਼ੇ ਵਾਲੇ ਪਾਸੇ ਚੱਲ ਜਾਂਦਾ। ਸੋ ਗਿਵ ਅਪ ਨਹੀਂ ਕਰਨਾ, ਜਦੋਂ ਟੁੱਟ ਗਏ ਫਿਰ ਤੁਸੀਂ ਕਿਸੇ ਨਾ ਕਿਸੇ ਦਾ ਸਹਾਰਾ ਲੱਭੋਗੇ, ਅਤੇ ਮੋਸਟਲੀ ਜਿਹੜੇ ਬੰਦੇ ਆ ਉਹ ਸਹਾਰਾ ਲੱਭਦੇ ਆ ਨਸ਼ਿਆਂ ਦਾ। ਸੋ ਗਿਵ ਅਪ ਨਾ ਕਰਿਓ, ਤੁਸੀਂ ਕਮਾ ਰਹੇ ਹੋ, ਤੁਸੀਂ ਨਹੀਂ ਕਮਾ ਰਹੇ ਹੋ, ਜਿਨ੍ਹਾਂ ਨੇ ਕਮਾ ਕੇ ਅੱਜ ਇੱਡਾ ਵੱਡਾ ਕਰ ਤੋ, ਅੱਗੇ ਵੀ ਸਾਰੀ ਜ਼ਿੰਦਗੀ ਤੁਹਾਨੂੰ ਕਮਾ ਕੇ ਤੁਹਾਡੇ ਮੂੰਹ 'ਚ ਬੁਰਕੀਆਂ ਪਾ ਸਕਦੇ ਆ, ਬਟ ਉਹਨਾਂ ਨੂੰ ਇਹ ਤੋਮਤ ਨਹੀਂ ਲੱਗਣੀ ਚਾਹੀਦੀ ਕਿ ਤੇਰਾ ਮੁੰਡਾ ਫਲਾਣਾ ਫਲਾਣਾ ਨਸ਼ਾ ਕਰਦਾ ਆ ਜਾਂ ਫਲਾਣਾ ਫਲਾਣਾ ਨਸ਼ਾ ਕਰਦਾ ਆ। ਕਿਉਂਕਿ ਐਂਟੀ ਡਰੱਗਸ ਹੋਣ ਤੋਂ ਬਾਅਦ ਬੰਦੇ ਕਹਿੰਦਾ ਨਾ ਵੀ ਵਾਰਿਸ਼ ਆਦਤਾਂ ਨਹੀਂ ਜਾਂਦੀਆਂ, ਭਾਵੇਂ ਕੱਟੀਆਂ ਪੋਰੀਆਂ ਪੋਰੀਆਂ, ਉਹ ਸ਼ੁਰੂ ਥੋੜ੍ਹੇ ਥੋੜ੍ਹੇ ਤੋਂ ਹੁੰਦੇ ਆ, ਫਿਰ ਇੱਕ ਦਿਨ ਐਸਾ ਹੁੰਦਾ ਆ ਕਿ ਉਹਨਾਂ ਨੂੰ ਆਪਣੀ ਇੱਜ਼ਤ ਦੀ ਵੀ ਪਛਾਣ ਨਹੀਂ ਹੁੰਦੀ, ਆਪਣੇ ਘਰਦਿਆਂ ਦੀ ਵੀ, ਅਤੇ ਲੋਕਾਂ ਦੀ ਧੀਆਂ ਭੈਣਾਂ 'ਚ ਵੀ ਫਰਕ ਕਰਨ ਉਹ ਹਟ ਜਾਂਦਾ ਆ। ਸੋ ਨਸ਼ਾ ਨਹੀਂ ਕਰਨਾ ਮੇਰਾ ਵੀਰਾ, ਬਾਕੀ ਚਾਹੇ ਜੋ ਕਰੋ, ਕਾਮਯਾਬ ਹੋਏ ਹੋ, ਨਹੀਂ ਹੋਏ ਨਹੀਂ ਹੋਏ, ਕਿਉਂਕਿ ਪੇਰੈਂਟਸ ਲਈ ਤੁਹਾਡੀ ਓਨੀ ਵੈਲਿਊ ਰਹਿਣੀ। ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਸਾਡਾ ਪੁੱਤ ਸਾਨੂੰ ਕਮਾ ਕੇ ਦੇ ਰਿਹਾ ਅਤੇ ਉਹ ਪੁੱਤ ਜ਼ਿਆਦਾ ਵਧੀਆ ਲੱਗਦਾ ਆ, ਇੱਦਾਂ ਕਦੇ ਵੀ ਨਹੀਂ ਹੁੰਦਾ, ਅਤੇ ਉਹਨਾਂ ਬਸ ਐਂਟੀ ਡਰੱਗਸ ਬਣਿਆ। ਬਹੁਤ ਬਹੁਤ ਥੈਂਕਸ ਤੁਹਾਡਾ ਕਿ ਤੁਸੀਂ ਸਾਡੇ ਲਈ ਟਾਈਮ ਕੱਢਿਆ, ਔਰ ਅਮੇਜ਼ਿੰਗ ਟੀਵੀ ਵੱਲੋਂ ਤੁਹਾਨੂੰ ਬਹੁਤ ਬਹੁਤ ਬੈਸਟ ਵਿਸ਼ਿਸ਼, ਔਰ ਉਮੀਦ ਕਰਦੇ ਹਾਂ ਕਿ ਜਿੰਨੀ ਜਲਦੀ ਤੁਹਾਡੀ ਫਿਲਮ ਆਉਂਦੀ ਹੈ ਲੋਕਾਂ ਸਾਹਮਣੇ ਆਵੇ ਔਰ ਤੁਹਾਨੂੰ ਬਹੁਤ ਸਾਰੀ ਕਾਮਯਾਬੀ ਮਿਲਣ। ਥੈਂਕਸ ਯੂ ਮਚ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ। ਸੋ ਇਹ ਸਨ ਸਾਡੇ ਨਾਲ ਨੱਡਾ ਵੀਰੇਂਦਰ ਜੀ, ਜਿਨ੍ਹਾਂ ਨਾਲ ਅਸੀਂ ਗੱਲਾਂ ਬਾਤਾਂ ਕੀਤੀਆਂ ਔਰ ਸਾਨੂੰ ਵਾਕਈ ਦਿਲੋਂ ਬਹੁਤ ਚੰਗਾ ਲੱਗਿਆ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ, ਔਰ ਸਾਡੇ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਬੈਸਟ ਵਿਸ਼ਿਸ਼ ਨੇ ਕਿ ਉਹਨਾਂ ਦੇ ਜਿਹੜਾ ਗੀਤ, ਉਹਨਾਂ ਦੇ ਜਿਹੜੀ ਮੂਵੀ ਜਿਹੜੀ ਆ ਰਹੀ ਹੈ ਉਹ ਮੁਕੰਮਲ ਹੋਵੇ, ਬਹੁਤ ਅੱਛੀ ਹੋਵੇ, ਔਰ ਤੁਸੀਂ ਉਹਨੂੰ ਬਹੁਤ ਬਹੁਤ ਪਿਆਰ ਦਿਵੋ। ਸੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੇਂ ਆਰਟਿਸਟ ਨੂੰ ਲੈ ਕੇ ਤੁਹਾਡੇ ਸਾਹਮਣੇ, ਤਦ ਤੱਕ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।